ਟਰੱਕ ਡਰਾਈਵਰਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਕੈਪਟਨ ਸਰਕਾਰ ਤੁਹਾਨੂੰ 2 ਹਫ਼ਤੇ ਵਿੱਚ ਨਸ਼ਾ ਬੰਦ ਕਰਨ ਦਾ ਵਾਅਦਾ ਕਰਦੀ ਹੈ ਸੋ ਮੈਂ ਤੁਹਾਨੂੰ ਪੁੱਛਦਾ ਹਾਂ ਜੇ ਤੁਹਾਡਾ ਨਸ਼ਾ ਬੰਦ ਹੋ ਗਿਆ ਤਾਂ ਆ ਕਿਵੇਂ ਚੱਲਣਗੇ ਸੋ ਆਪਣਾ ਤਾਂ ਤੁਰਨਾ ਫਿਰਨਾ ਕੰਮ ਹੈ 24 ਘੰਟੇ ਸਫ਼ਰ ਵਿੱਚ ਰਹਿਣਾ ਆਪਣਾ ਇਹਦੇ ਬਿਨਾਂ ਕੰਮ ਨਹੀਂ ਚੱਲਣਾ ਸੋ ਸਾਰੇ ਟਰੱਕ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਜੋ ਤੁਹਾਡਾ ਮਾਲ ਭੁੱਖੀ ਫੀਮ ਬੰਦ ਹੋ ਗਈ ਤਾਂ ਆਹ ਸੜਕਾਂ ਤੇ ਗੱਲ ਪੈ ਜਾਏਗਾ ਕੋਈ ਕਿੱਥੇ ਹੋਵੇਗੀ ਤੇ ਕੋਈ ਕਿੱਥੇ ਹੋਵੇਗੀ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਨਸ਼ਾ ਬੰਦ ਕਰਨ ਦੇ ਲਾਲਚ ਵਿੱਚ ਆਣ ਕੇ ਗਲਤ ਬੰਦੇ ਨੂੰ ਵੋਟ ਨਾ ਪਾਇਓ ਆਪਾਂ ਉਸ ਬੰਦੇ ਦਾ ਸਾਥ ਦੇਣਾ ਹੈ ਜਿਹੜਾ ਸਾਨੂੰ ਖਵਾਏਗਾ ਸੋ ਮੇਰੀ ਬੇਨਤੀ ਤੇ ਅਮਲ ਕਰਨਾ ਆਪਣਾ ਸੋਚ ਸਮਝ ਕੇ ਵੋਟ ਪਾਉਣਾ ਸਾਰਿਆਂ ਦਾ ਧੰਨਵਾਦ ਬਾਈ ਸ਼ੁਕਰੀਆ